ਉਹ ਛੱਟੀਏ ਪੰਜਾਬ ਦੀ ਅੱਤ ਕਰਵਾਤੀ, ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ। ਜੱਟੀਏ ਪੰਜਾਬ ਦੀ ਅੱਤ ਕਰਵਾਤੀ, ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ। ਦਿੱਲੀ ਤੱਕ ਗੂੰਜ ਗਈ ਆਵਾਜ਼ ਮਿੱਤਰੋ, ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ। ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ, ਆ ਪਹਿਲੀ ਵਾਰੀ ਦੇਖਿਆ ਲਫੇੜਾ ਵੱਜਿਆ। ਜਿੱਤ ਕੇ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ, ਪਹਿਲੀ ਵਾਰੀ ਦੇਖੇ ਲਫੇੜਾ ਵੱਜਿਆ। ਭਾਜੀ ਮੇਰੇ ਹਿਸਾਬ ਨਾਲ ਕਿ ਜਿਵੇਂ ਕੁਲਵਿੰਦਰ ਕੌਰ ਆਪਣੀ ਜਿਹੜੀ ਡੇਲੀ ਰੂਟੀਨ ਰੋਜ਼ ਹੀ ਆਪਣੀ ਡਿਊਟੀ 'ਤੇ ਆ ਰਹੇ ਹੋਣਗੇ, ਮੇਰੇ ਹਿਸਾਬ ਨਾਲ ਕਦੇ ਸੋਚ ਕੇ ਤਾਂ ਨਹੀਂ ਆਏ ਹੋਣੇ ਘਰੋਂ ਵੀ ਅੱਜ ਕੰਗਣਾ ਰਾਵਤ ਆਊਗੀ ਤਾਂ ਥੱਪੜ ਮਾਰਨਾ। ਇਹ ਭਾਜੀ ਮੌਕੇ 'ਤੇ ਗੱਲ ਹੋਈ ਹੋਣੀ, ਉੱਥੇ ਉਹਨਾਂ ਨਾਲ ਬਹਿਸ ਸਹੀ, ਔਰ ਦੁਬਾਰਾ ਉਸ ਗੱਲ ਨੂੰ ਰਿਪੀਟ ਕੀਤਾ ਕਿ ਤੁਹਾਡੀਆਂ ਮਾਵਾਂ ਭੈਣਾਂ 100-100 ਰੁਪਈਆ ਲੈ ਕੇ। ਇਹ ਗੱਲ ਭਾਜੀ ਬਹੁਤ ਵੱਡੀ ਹੈ ਸਾਡੇ ਲਈ, ਜਿਵੇਂ ਕੋਈ ਸਾਨੂੰ ਕਹਿ ਦੇ, ਕਿਉਂਕਿ ਅਸੀਂ ਤਾਂ ਉਹ ਟਾਈਮ ਦੇਖਿਆ ਨਾ ਜਿੱਥੇ ਇੱਦਾਂ ਕਿਸਾਨਾਂ ਦੇ ਨਾਲ ਕਿੰਨਾ ਮਾੜਾ ਹੁੰਦਾ ਰਿਹਾ ਸਲੂਕ, ਕਿੰਨਾ ਮਾੜਾ ਸਰਕਾਰ ਨੇ ਕੀਤਾ। ਮਾਵਾਂ ਭੈਣਾਂ ਬਾਰੇ ਇੱਦਾਂ ਬੋਲਣਾ ਤੇ ਭਾਜੀ ਬਹੁਤ ਵੱਡੀ ਗੱਲ ਹੈ, ਔਰ ਮੈਂ ਤੇ ਕਹਿੰਦਾ ਵੀ ਇੱਕ ਅੱਧੀ ਹੋਰ ਉਹਦੇ ਪੈ ਜਾਂਦੀ ਤੇ ਠੀਕ ਸੀ, ਕਿਉਂਕਿ ਉਸ ਤੋਂ ਬਾਅਦ ਫਿਰ ਉਹਨੇ, ਉਸ ਤੋਂ ਬਾਅਦ ਜਦੋਂ ਉਹਦੇ ਨਾਲ ਇੱਦਾਂ ਦਾ ਹੋਇਆ, ਉਹਨੇ ਫਿਰ ਜਾ ਕੇ ਆਪਣੇ ਪੰਜਾਬ ਨੂੰ ਖਾਲਿਸਤਾਨੀ ਕਹਿਤਾ, ਆਤੰਕਵਾਦ ਫੈਲ ਰਿਹਾ ਉੱਥੇ, ਇੱਦਾਂ ਦਾ ਕਰਕੇ ਸਾਡੀ ਛਵੀ ਖਰਾਬ ਕਰਦੀ। ਉਹ ਛਵੀ ਖਰਾਬ ਹੁੰਦੀ ਭਾਜੀ ਅਣਖ ਤੇ ਗੱਲ ਆਉਂਦੀ ਹੈ, ਫਿਰ ਇੱਦਾਂ ਦੇ ਕਾਰਨਾਮੇ ਹੁੰਦੇ ਹੁੰਦੇ। ਨਾ ਕਲਾਕਾਰ ਦਿਸਦੇ ਲੱਗਦਾ ਏ ਵੇਖ ਗਏ, ਨਾ ਕਲਾਕਾਰ ਦਿਸਦੇ ਲੱਗਦਾ ਏ ਵੇਖ ਗਏ, ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ ਚੀਰਦੀ, ਕਿੱਕਲੀ ਕਲੀਰ ਦੀ ਗੱਲ ਆ ਜਮੀਰ ਦੀ, ਕਰਨੀ ਸਬੂਟ ਆ ਸਰਬਜੀਤ ਵੀਰ ਦੀ। ਕੋਈ ਵੀ ਜੰਗ ਹੁੰਦਾ, ਯੁੱਧ ਹੁੰਦਾ, ਘੋਲ ਹੁੰਦੇ ਆ ਤਾਂ ਸੰਗੀਤ ਦਾ ਉਹਦੇ ਵਿੱਚ ਬੜਾ ਵੱਡਾ ਰੋਲ ਹੁੰਦਾ। ਇਸੇ ਤਰ੍ਹਾਂ ਦੀ ਅੱਜ ਆਪਾਂ ਗੱਲ ਕਰਨੀ ਹੈ, ਚਾਹੇ ਆਪਾਂ ਸਾਡੇ ਇਤਿਹਾਸ ਦੀ ਗੱਲ ਕਰੀਏ, ਗੁਰੂ ਸਾਹਿਬ ਤੋਂ ਲੈ ਕੇ ਇੱਕ ਵਿਸ਼ਰੀ ਸੀਗੇ ਜੋ ਜਦੋਂ ਸਿੰਘ ਜੰਗਾਂ ਯੁੱਧਾਂ ਲਈ ਜਾਂਦੇ ਸੀ ਅਤੇ ਉੱਥੇ ਵਾਰਾਂ ਗਾਈਆਂ ਜਾਂਦੀਆਂ ਸੀਗੀਆਂ ਜੋ ਉਹਨਾਂ ਦੇ ਵਿੱਚ ਜੋਸ਼ ਭਰਦੀਆਂ ਸੀ। ਇਸੇ ਤਰ੍ਹਾਂ ਦੀ ਗੱਲ ਅੱਜ ਦੇ ਯੁੱਗ ਦੇ ਵਿੱਚ ਸੰਗੀਤ ਦੇ ਵਿੱਚ ਕੀਤੀ ਜਾਂਦੀ ਹੈ। ਪਿਛਲੇ ਦਿਨੀ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਦੇ ਜਿਹੜਾ ਕਲਚਰ ਨੇ, ਜਿਹੜੇ ਸਿੰਗਰ ਨੇ, ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਬਹੁਤ ਸਾਰੇ ਗਾਣੇ ਆਏ, ਗੀਤ ਆਏ ਜੋ ਕਿ ਇੱਕ ਐਨਰਜੀ ਦਿੰਦੇ ਰਹੇ ਉੱਥੇ ਬੈਠੇ ਕਿਸਾਨਾਂ ਨੂੰ। ਅਤੇ ਇਸੇ ਤਰ੍ਹਾਂ ਦੀ ਗੱਲ ਕਰਾਂਗੇ ਅੱਜ ਆਪਾਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਪਲਵਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ। ਅਤੇ ਅੱਜ ਮੇਰੇ ਨਾਲ ਰੀਸੈਂਟਲੀ ਤੁਸੀਂ ਸੁਣੇ ਦੇਖਿਆ ਹੋਣਾ ਹੈ ਕਿ ਕੰਗਣਾ ਰਣੌਤ ਦੇ ਉੱਤੇ ਜਿਹੜਾ ਉਹਨਾਂ ਨੂੰ ਥੱਪੜ ਪੈਂਦਾ ਹੈ ਚੰਡੀਗੜ੍ਹ ਏਅਰਪੋਰਟ 'ਤੇ, ਉਸ ਤੋਂ ਬਾਅਦ ਕੁਛ ਹੀ ਮਿੰਟਾਂ ਦੇ ਵਿੱਚ ਇੱਕ ਸੌਂਗ ਆਉਂਦਾ ਜੋ ਸ਼ਾਇਦ ਤੁਸੀਂ ਸਾਰੇ ਸੁਣ ਚੁੱਕੇ ਹੋਣੇ ਹੋ, ਅਤੇ ਮੈਨੂੰ ਲੱਗਦਾ ਤੁਸੀਂ ਆਈਡੀਆ ਵੀ ਲਾ ਚੁੱਕਾ ਹੋਣੇ ਹੋ ਕਿ ਅੱਜ ਸਾਡੇ ਨਾਲ ਕੌਣ ਨੇ। ਹੈਰੀ ਧਨੋਆ ਜੀ ਨੇ, ਜਿਨ੍ਹਾਂ ਨੇ ਕੁਛ ਹੀ ਮਿੰਟਾਂ ਦੇ ਵਿੱਚ ਸੌਂਗ ਬਣਾਇਆ ਔਰ ਬਹੁਤ ਹੀ ਵਾਇਰਲ ਹੋਇਆ। ਤਕਰੀਬਨ ਹਰ ਪੰਜਾਬੀ ਨੇ ਆਪਣੇ ਸਟੇਟਸ 'ਤੇ ਉਸਦੀ ਰੀਲ ਪਾਈ ਜਾਂ ਵੱਖ ਵੱਖ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉੱਥੇ ਸ਼ੇਅਰ ਕੀਤੀ। ਅਤੇ ਹੈਰੀ ਧਨੋਆ ਜੀ ਨੇ ਸਾਡੇ ਨਾਲ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਿਰਪੱਖ ਪੋਸਟ ਦਾ ਬਹੁਤ ਬਹੁਤ ਥੈਂਕ ਯੂ ਇੱਥੇ ਬੁਲਾਉਣ ਲਈ। ਧਨੋਆ ਸਾਹਿਬ, ਕਿੱਦਾਂ ਬੜੀ ਛੇਤੀ, ਤੁਸੀਂ ਕਹਿੰਦੇ ਵੀ ਕਈ ਵਾਰੀ ਟਾਈਮ ਲੱਗ ਜਾਂਦਾ ਹੈ, ਚਾਹੇ ਪਹਿਲਾਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਕਈ ਸੌਂਗ ਆਏ ਹੈ ਨਾ, ਤੁਹਾਡੇ ਵੀ ਕਾਫੀ ਸੌਂਗ ਉੱਥੇ ਹਿੱਟ ਹੋਏ ਆ, ਪਰ ਕਿਤੇ ਨਾ ਕਿਤੇ ਟਾਈਮ ਲੱਗਦਾ, ਇੱਕ ਦਿਨ ਦੋ ਦਿਨ ਹੈ ਨਾ। ਰੀਸੈਂਟ ਇੰਨੀ ਛੇਤੀ ਕਿੱਦਾਂ ਤੁਹਾਡੇ ਮਨ ਦੇ ਵਿੱਚ, ਇਹ 17 ਵੀ ਆਈਆਂ, ਤੁਸੀਂ ਰਿਕਾਰਡ ਵੀ ਕੀਤਾ, ਉਸ ਤੋਂ ਬਾਅਦ ਉਹਨੂੰ ਸੋਸ਼ਲ ਸਾਈਟਸ 'ਤੇ ਪਾਇਆ ਵੀ? ਭਾਅ ਜੀ ਇੱਦਾਂ ਸੀ, ਮੈਂ ਘਰ ਬੈਠਾ ਸੀ ਅਤੇ ਉਹ ਜਦੋਂ ਆਪਾਂ ਨਿਊਜ਼ ਚੈਨਲ ਦੇ ਵਿੱਚ ਆਪਾਂ ਸਬਸਕ੍ਰਾਈਬ ਕਰੀਏ ਕਿਸੇ ਨੂੰ ਅਤੇ ਉਹ ਆਪਾਂ ਨੂੰ ਨਿਊਜ਼ ਆਉਣ ਲੱਗ ਜਾਂਦੀ ਹੈ ਵੀ ਉਹ ਬੜੀ ਤੇਜ਼ੀ ਵਾਇਰਲ ਹੋਈ ਵੀ ਕੰਗਣਾ ਦੇ ਥੱਪੜ ਪੈ ਗਿਆ ਕੰਗਣਾ। ਉਹ ਇੱਕ ਚੀਜ਼ ਇੱਦਾਂ ਸੀ ਨਾ, ਜਦੋਂ ਕਿਸਾਨ ਅੰਦੋਲਨ ਦੇ ਵਿੱਚ ਮੈਂ ਵੀ ਉੱਥੇ ਜਾਂਦਾ ਰਿਹਾ, ਵਿਚਰਦਾ ਰਿਹਾ, ਜਦੋਂ ਕੰਗਣਾ ਦੇ ਮਾੜੇ ਸਾਡੇ ਬਾਰੇ ਬੋਲ ਆਉਂਦੇ ਰਹੇ ਆ ਅਤੇ ਮੈਨੂੰ ਇੱਦਾਂ ਦੀ ਇੱਕ ਲੱਗਾ ਵੀ ਇਹ ਤਾਂ ਬਹੁਤ ਵਧੀਆ ਹੋ ਗਿਆ, ਹਰੇਕ ਪੰਜਾਬੀ ਨੂੰ ਲੱਗਾ, ਮੈਨੂੰ ਤਾਂ ਕੀ ਲੱਗਣਾ ਸੀ। ਤਾਂ ਉਹ ਜਦੋਂ ਅਸੀਂ ਮੈਂ ਉੱਠਿਆ ਤਾਂ ਵੇਖ ਕੇ ਪੋਸਟ, ਮੈਂ ਬਹਿ ਗਿਆ
ਬਹਿ ਕੇ ਤੇ ਮੈਂ ਥੋੜਾ ਸੋਚਣ ਲੱਗਿਆ ਕਿ ਅੱਗੇ ਵੀ ਮੈਂ ਇੱਕ ਦੋ ਗੀਤ ਇੱਦਾਂ ਦੇ ਮੁੱਦੇ ਤੇ ਕੀਤੇ ਆ, ਉਹ ਚਲੋ ਇੰਨੇ ਵਾਇਰਲ ਨਹੀਂ ਹੋਏ, ਪਰ ਉਹ ਇੰਨੇ ਵਾਇਰਲ ਨਹੀਂ ਹੋਏ, ਵਾਇਰਲ ਹੋਏ ਸੀ। ਤੇ ਇਹ ਮੈਂ ਭਾਜੀ ਜਿਵੇਂ ਉੱਠ ਕੇ ਜਿਵੇਂ ਸਟੂਡੀਓ ਦੇ ਵਿੱਚ ਇੱਕ ਮਾਹੌਲ ਹੁੰਦਾ, ਸਟੂਡੀਓ ਦਾ ਕੁਦਰਤੀ ਸਿਸਟਮ ਵੀ ਸਾਰਾ ਔਨ ਸੀ, ਨਹੀਂ ਤਾਂ ਉਹਨੂੰ ਔਨ ਕਰਨਾ ਪੈਂਦਾ, ਮਿਊਜ਼ਿਕ ਬਣਾਉਣਾ ਪੈਂਦਾ। ਇੱਕ ਮਿਊਜ਼ਿਕ ਮੇਰੇ ਕੋਲ ਬਣਿਆ ਹੋਇਆ ਸੀ ਪਹਿਲਾਂ ਤੋਂ ਆਲਰੇਡੀ, ਕੋਈ ਗਾਣਾ ਬਣਾ ਰਿਹਾ ਸੀ ਮੈਂ, ਤੇ ਮੈਂ ਉਹਦੇ ਉੱਪਰ ਹੀ ਉਹ ਲੈਣਾ ਗਾ ਕੇ ਤੇ ਨਾਲ ਦੀ ਨਾਲ ਪਾਤਾ। ਤੇ ਲੋਕਾਂ ਦਾ ਇੰਨਾ ਪਿਆਰ ਮਿਲਿਆ, ਕਿੱਦਾਂ ਮਹਿਸੂਸ ਹੁੰਦਾ? ਚਲੋ ਜਿਹੜੀ ਕੁਲਵਿੰਦਰ ਕੌਰ ਹੈ ਉਹਨਾਂ ਨੂੰ ਤਾਂ ਦੇਖੋ ਕਿਸਾਨ ਜਥੇਬੰਦੀਆਂ ਹੋਰ ਪੰਜਾਬੀਆਂ ਨੇ ਬੜਾ ਉਹਨਾਂ ਦੇ ਅਲੱਗ ਅਲੱਗ ਤਰੀਕੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਆਇਆ ਹੈ ਨਾ, ਪਰ ਤੁਹਾਡੇ ਸੌਂਗ ਨੂੰ ਵੀ ਬਹੁਤ ਪਿਆਰ ਮਿਲਿਆ, ਉਨਾ ਹੀ ਆਪਾਂ ਕਹਿ ਸਕਦੇ ਹਾਂ, ਉਹਨਾਂ ਲੋਕਾਂ ਨੇ ਸ਼ੇਅਰ ਕੀਤੀ, ਤਕਰੀਬਨ ਹਰ ਜਗ੍ਹਾ 'ਤੇ ਮਿਲੀਅਨਸ ਵਿਊ ਉਹਦੇ ਕੰਨੇ ਕੰਨੇ ਮਿਲੀਅਨਸ ਇੱਕ ਇੱਕ ਪੇਜ 'ਤੇ ਹੋਏ ਆ, ਹੈ ਨਾ। ਅਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਕਿਸੇ ਸਿੰਗਰ ਨੂੰ ਇਸ ਤਰ੍ਹਾਂ ਦਾ ਪਿਆਰ ਜਿਹੜਾ ਸਰੋਤਿਆਂ ਵੱਲੋਂ ਮਿਲਦਾ? ਭਾਜੀ ਇਹ ਜਿਹੜਾ ਪਿਆਰ ਹੈ ਹਰੇਕ ਸਿੰਗਰ ਭਾਲਦਾ, ਕਿਉਂਕਿ ਜਿੱਦਾਂ ਸਟਰਗਲ ਦੀ ਗੱਲ ਕਰ ਲਈ ਆਪਾਂ, ਮੈਨੂੰ 11 ਸਾਲ ਹੋ ਗਏ ਇਸ ਲਾਈਨ ਦੇ ਵਿੱਚ, ਮੇਰੇ ਹੋਰ ਬਹੁਤ ਗੀਤ ਆਏ ਆ, ਉਹ ਉਸ ਗੀਤ ਚੱਲੇ ਵੀ ਗੀਤ ਨੇ, ਪਰ ਜਿਹੜਾ ਇਹ ਚੀਜ਼ ਹੋਈ ਹੈ ਮੇਰੀ ਲਾਈਫ 'ਚ ਪਹਿਲਾ ਐਕਸਪੀਰੀਅੰਸ ਸੀਗਾ, ਕਿਉਂਕਿ ਜਦੋਂ ਮੈਂ ਇਹਨੂੰ ਗਾਣੇ ਨੂੰ ਪਾ ਕੇ ਮੈਂ ਜਿੰਮ ਚਲਾ ਗਿਆ, ਅਤੇ ਜਿੰਮ 'ਚ ਜਾ ਕੇ ਮੈਂ ਫੋਨ ਨੂੰ ਫਲਾਈਟ ਮੋਡ ਲਾ ਰਿਹਾ, ਅਤੇ ਉਸ ਤੋਂ ਬਾਅਦ ਜਦੋਂ ਔਨ ਕੀਤਾ ਉਹ ਮੇਰੇ ਕੋਲ ਨੋਟੀਫਿਕੇਸ਼ਨਾਂ ਦੇਖੀਆਂ ਨਹੀਂ ਜਾ ਰਹੀਆਂ ਸੀ, ਫੋਨ ਹੈਂਗ ਹੋ ਗਿਆ, ਇੰਨੀ ਤੇਜ਼ ਨਾਲ ਫੋਨ ਆ ਰਹੇ, ਸਾਰਾ ਕੁਝ ਹੋ ਰਿਹਾ, ਮੈਨੂੰ ਇਹ ਨਹੀਂ ਸੀ ਪਤਾ ਇੰਨਾ ਵਾਇਰਲ ਹੋ ਜੂਗਾ, ਪਰ ਜਿਹੜਾ ਪਿਆਰ ਮਿਲਿਆ ਉਹ ਇੰਨਾ ਕੁ ਮਿਲਿਆ ਵੀ ਜਿਹੜੇ ਬੰਦੇ ਮੈਨੂੰ ਉਦੋਂ ਫੋਨ ਕਰਦੇ ਹੁੰਦੇ ਸੀ ਬਹੁਤ ਟਾਈਮ ਪਹਿਲਾਂ ਜਦੋਂ ਗੀਤ ਚੱਲਦੇ ਹੁੰਦੇ ਸੀ, ਉਹਨਾਂ ਦਾ ਦੁਬਾਰਾ ਫੋਨ ਆਏ ਆ, ਅਤੇ ਬਹੁਤ ਜ਼ਿਆਦਾ ਐਪਰੀਸ਼ੀਏਟ ਮਿਲਿਆ। ਅਤੇ ਇੱਕ ਵਾਰੀ ਮੈਂ ਵੀ ਚਾਹੂੰਗਾ ਸਾਡੇ ਸਰੋਤਿਆਂ ਨੂੰ ਇੱਕ ਵਾਰੀ ਗਾ ਕੇ ਤੁਸੀਂ ਉਹ ਸੌਂਗ। ਹਾਂਜੀ ਹਾਂਜੀ ਹਾਂਜੀ। ਹੋ ਜੱਟੀਏ ਪੰਜਾਬ ਦੀ ਏ ਅੱਤ ਕਰਵਾਤੀ, ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ, ਜੱਟੀਏ ਪੰਜਾਬ ਦੀ ਏ ਅੱਤ ਕਰਵਾਤੀ, ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ, ਦਿੱਲੀ ਤੱਕ ਗੂੰਜ ਗਈ ਆਵਾਜ਼ ਮਿੱਤਰੋ, ਚੰਡੀਗੜ੍ਹ ਫਿਰੇ ਸਾਰਾ ਥਾਣਾ ਭੱਜਿਆ, ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ, ਆ ਪਹਿਲੀ ਹਾਰੀ ਦੇਖਿਆ ਲਫੇੜਾ ਵੱਜਿਆ, ਜਿੱਤ ਕੇ ਤਾਂ ਪੈਂਦੇ ਹੁੰਦੇ ਹਾਰ ਮਿੱਤਰੋ, ਆ ਪਹਿਲੀ ਹਾਰੀ ਦੇਖਿਆ ਲਫੇੜਾ ਵੱਜਿਆ। ਨਹੀਂ ਬਹੁਤ ਸੋਹਣਾ ਸੌਂਗ ਹੈ ਔਰ ਬਹੁਤ ਹੀ ਪਸੰਦ ਕੀਤਾ ਦਰਸ਼ਕਾਂ ਨੇ, ਹੈ ਨਾ। ਕਿਵੇਂ ਦੇਖਦੇ ਹੋ ਵੈਸੇ ਵੀ ਐਜ਼ ਏ, ਆਪਾਂ ਦੇਖਦੇ ਹਾਂ ਦੇਖੋ ਬਹੁਤ ਸਾਰੇ ਕੰਗਣਾ ਦੇ ਹੱਕ ਦੇ ਵਿੱਚ ਆਏ ਆ, ਹੈ ਨਾ, ਬਹੁਤ ਸਾਰੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਆ, ਪਰ ਜ਼ਿਆਦਾਤਰ ਜੇ ਆਪਾਂ ਦੇਖੀਏ ਪੰਜਾਬੀਆਂ ਨੂੰ ਛੱਡ ਕੇ ਜਿਹੜੇ ਥੋੜ੍ਹਾ ਹਿੰਦੂਇਜ਼ਮ ਵਾਲੇ ਲੋਕ ਨੇ, ਹੈ ਨਾ, ਉਹ ਕੰਗਣਾ ਦੇ ਹੱਕ ਦੇ ਵਿੱਚ ਵੀ ਬਹੁਤ ਆਏ ਖੜ੍ਹੇ ਹੋਏ ਆ, ਪਰ ਬਹੁਤ ਸਾਰੇ ਜ਼ਿਆਦਾ ਸੀਗੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਬੋਲਿਆ ਕਿ ਇਹਨਾਂ ਦੀਆਂ ਮਾਵਾਂ ਭੈਣਾਂ ਉੱਥੇ ਬੈਠੀਆਂ ਨੇ, ਇੱਕ ਕੁਛ ਰੁਪਏ ਦੇ ਲਈ ਇੱਥੇ ਦਿਹਾੜੀ 'ਤੇ ਆ ਰਹੀਆਂ, ਹੈ ਨਾ। ਅਤੇ ਕਿਸ ਤਰ੍ਹਾਂ ਲੱਗਦਾ ਵੀ ਇੱਕਦਮ, ਚਲੋ ਤੁਹਾਡੀ ਵੀ ਕੈਟਾਗਰੀ ਉਸੇ ਤਰ੍ਹਾਂ ਦਾ ਤੁਸੀਂ ਇੱਕਦਮ ਰਿਐਕਟ ਕੀਤਾ, ਹੈ ਨਾ, ਅਤੇ ਕਿਸ ਤਰ੍ਹਾਂ ਮਤਲਬ ਲੋਕਾਂ ਦਾ ਕੀ ਲੱਗਦਾ ਵੀ ਕਿਵੇਂ ਹੋਣਾ ਚਾਹੀਦਾ, ਕਿ ਉਹਨੇ ਤੁਹਾਡੀ ਐਜ਼ ਏ ਆਰਟਿਸਟ ਸਹੀ ਕੀਤਾ, ਉਹਨੂੰ ਜਵਾਬ ਦਿੱਤਾ, ਜਾਂ ਕੁਛ ਚੇਂਜ ਹੋ ਸਕਦਾ ਸੀ ਉੱਥੇ, ਠੰਡੇ ਤਰੀਕੇ ਨਾਲ ਮਾਹੌਲ ਬਦਲਿਆ ਜਾ ਸਕਦਾ ਸੀ? ਭਾਜੀ ਮੇਰੇ ਹਿਸਾਬ ਨਾਲ ਕਿ ਜਿਵੇਂ ਕੁਲਵਿੰਦਰ ਕੌਰ ਆਪਣੀ ਜਿਹੜੀ ਡੇਲੀ ਰੂਟੀਨ ਰੋਜ਼ ਹੀ ਆਪਣੀ ਡਿਊਟੀ 'ਤੇ ਆ ਰਹੇ ਹੋਣਗੇ, ਮੇਰੇ ਹਿਸਾਬ ਨਾਲ ਕਦੀ ਸੋਚ ਕੇ ਤਾਂ ਨਹੀਂ ਆਏ ਹੋਣੇ ਘਰੋਂ ਵੀ ਅੱਜ ਕੰਗਣਾ ਰਾਉਤ ਆਊਗੀ ਤਾਂ ਉਹਦੇ ਥੱਪੜ ਮਾਰਨਾ। ਇਹ ਭਾਜੀ ਮੌਕੇ 'ਤੇ ਗੱਲ ਹੋਈ ਹੋਣੀ, ਉੱਥੇ ਉਹਨਾਂ ਨਾਲ ਬਹਿਸ ਸਹੀ, ਉਹਨੇ ਦੁਬਾਰਾ ਉਸ ਗੱਲ ਨੂੰ ਰਿਪੀਟ ਕੀਤਾ ਕਿ ਤੁਹਾਡੀਆਂ ਮਾਵਾਂ ਭੈਣਾਂ 100-100 ਰੁਪਈਆ ਲੈ ਕੇ। ਇਹ ਗੱਲ ਭਾਜੀ ਬਹੁਤ ਵੱਡੀ ਹੈ ਸਾਡੇ ਲਈ, ਜਿਵੇਂ ਕੋਈ ਸਾਨੂੰ ਕਹਿ ਦੇ, ਕਿਉਂਕਿ ਅਸੀਂ ਤਾਂ ਉਹ ਟਾਈਮ ਦੇਖਿਆ ਨਾ ਜਿੱਥੇ ਇੱਦਾਂ ਕਿਸਾਨਾਂ ਦੇ ਨਾਲ ਕਿੰਨਾ ਮਾੜਾ ਹੁੰਦਾ ਰਿਹਾ ਸਲੂਕ, ਕਿੰਨਾ ਮਾੜਾ ਸਰਕਾਰ ਨੇ ਕੀਤਾ, ਔਰ ਮਾਵਾਂ ਭੈਣਾਂ ਬਾਰੇ ਇੱਦਾਂ ਬੋਲਣਾ ਤਾਂ ਭਾਜੀ ਬਹੁਤ ਵੱਡੀ ਗੱਲ ਹੈ। ਔਰ ਮੈਂ ਤਾਂ ਕਹਿੰਦਾ ਵੀ ਇੱਕ ਅੱਧੀ ਹੋਰ ਉਹਦੇ ਪੈ ਜਾਂਦੀ ਤਾਂ ਠੀਕ ਸੀ, ਕਿਉਂਕਿ ਉਸ ਤੋਂ ਬਾਅਦ ਫਿਰ ਉਹਨੇ, ਉਸ ਤੋਂ ਬਾਅਦ ਜਦੋਂ ਉਹਦੇ ਨਾਲ ਇੱਦਾਂ ਦਾ ਹੋਇਆ, ਉਹਨੇ ਫਿਰ ਜਾ ਕੇ ਆਪਣੇ ਪੰਜਾਬ ਨੂੰ ਖਾਲਿਸਤਾਨੀ ਕਹਿਤਾ, ਆਤੰਕਵਾਦ ਫੈਲ ਰਿਹਾ ਉੱਥੇ, ਇੱਦਾਂ ਦਾ ਕਰਕੇ ਸਾਡੀ ਛਵੀ ਖਰਾਬ ਕਰਦੀ, ਜਦੋਂ ਛਵੀ ਖਰਾਬ ਹੁੰਦੀ ਉਹ ਭਾਜੀ ਅਣਖ 'ਤੇ ਗੱਲ ਆਉਂਦੀ ਹੈ, ਫਿਰ ਇੱਦਾਂ ਦੇ ਕਾਰਨਾਮੇ ਹੁੰਦੇ ਹੁੰਦੇ ਆ। ਬਿਲਕੁਲ, ਇੱਕ ਕੈਥਲ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਕਿ ਖਾਲਿਸਤਾਨੀ ਕਹਿ ਕੇ ਇੱਕ ਨੌਜਵਾਨ ਨੂੰ ਕੁੱਟਿਆ ਗਿਆ, ਹੈ ਨਾ।
ਇਹ ਚੀਜ਼ਾਂ ਕਿਤੇ ਨਾ ਕਿਤੇ ਜਦੋਂ ਕੋਈ ਵੀ ਸੱਭਿਆਚਾਰ ਜਾਂ ਕੋਈ ਸੰਗੀਤ ਆਉਂਦਾ ਹੈ ਤਾਂ ਉਹ ਤੁਹਾਡੇ ਪਿਛੋਕੜ ਨੂੰ ਜਾਂ ਜੋ ਸਾਡੇ ਸਿਸਟਮ ਦੇ ਵਿੱਚ ਚੱਲਦਾ ਹੁੰਦਾ ਉਸੇ ਚੀਜ਼ ਨੂੰ ਲੈ ਕੇ ਹੀ, ਚਾਹੇ ਆਪਾਂ ਕਹਿ ਦਈਏ ਮਿਊਜ਼ਿਕ ਹੈ ਜਿਹੜੇ ਲੇਖਕ ਨੇ ਲਿਖਦੇ ਆ, ਸ਼ਾਇਰ ਲਿਖਦੇ ਆ, ਹੈ ਨਾ, ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਨਾਲ ਅਨੁਭਵ ਕਰਦੇ ਆ ਕਿ ਉਸ 'ਤੇ ਫਿਰ ਦਿਲ ਕਰਦਾ ਵੀ ਇਸ 'ਤੇ ਕੁਛ ਲਿਖਿਆ ਜਾਵੇ? ਭਾਅ ਜੀ ਦੇਖੋ, ਜਦੋਂ ਇੱਕ ਆਰਟਿਸਟ ਦੇ ਜਿਹੜੇ ਮੇਨ, ਜਦੋਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਜਿਵੇਂ ਕਵੀਸ਼ਰੀ ਹੋ ਗਈ ਜਾਂ ਢਾਡੀ ਜੱਥਾ ਹੋ ਗਿਆ, ਇਸ ਕਰਕੇ ਬਣੇ ਸੀ ਵੀ ਲੋਕਾਂ ਦੇ ਵਿੱਚ ਜਿਹੜੀ ਗੱਲ ਆਪਾਂ ਬੋਲ ਕੇ ਨਹੀਂ ਕਰ ਸਕਦੇ, ਕਈ ਗੱਲਾਂ ਨੂੰ ਉਹਨੂੰ ਆਪਾਂ ਗਾ ਕੇ ਲੋਕਾਂ ਤੱਕ ਪਹੁੰਚਾ ਸਕਦੇ, ਉਹ ਛੇਤੀ ਲੋਕ ਕੈਚ ਕਰਦੇ ਆ, ਉਹ ਚੀਜ਼ਾਂ ਹੁੰਦੀਆਂ ਨੇ ਜਦੋਂ ਜਿਵੇਂ ਤੁਸੀਂ ਦੱਸਿਆ ਉਹ ਖਾਲਿਸਤਾਨੀ ਕਹਿ ਕੇ ਇੱਦਾਂ ਦਾ ਮੂਵਮੈਂਟ ਬਣਾ ਰਹੇ ਨੇ, ਇਹ ਚੀਜ਼ਾਂ ਜਾਣ ਬੁੱਝ ਕੇ ਸਾਡੇ ਨਾਲ ਹੁੰਦੀਆਂ, ਉਹ ਪੰਜਾਬ 'ਚ ਵੀ ਹੁੰਦੀਆਂ ਨੇ ਅਤੇ ਬਾਹਰ ਜਦੋਂ ਅਸੀਂ ਰਹੀਏ ਉਦੋਂ ਵੀ ਸਾਡੇ ਨਾਲ ਹੁੰਦੀਆਂ ਨੇ, ਅਤੇ ਅਸੀਂ ਬੜੇ ਟਾਈਮ ਤੋਂ ਇਹ ਚੀਜ਼ਾਂ ਨੂੰ ਸਹਿੰਦੇ ਆ ਰਹੇ, ਇਸ ਚੀਜ਼ ਦਾ ਇੱਕ ਦਿਨ ਤਾਂ ਐਂਡ ਹੋਣਾ ਹੈ ਭਾਅ ਜੀ। ਕਿਤੇ ਲੱਗਦਾ ਨਹੀਂ ਵੀ ਕਿਤੇ ਜਿਵੇਂ ਤੁਸੀਂ ਹੁਣ ਵੀ ਗੱਲ ਕੀਤੀ ਹੈ ਵੀ ਪੰਜਾਬੀਆਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਨਾਲ, ਜਦੋਂ ਆਪਾਂ ਅਗਰੈਸਿਵ ਹੋ ਜਾਂਦੇ ਹਾਂ, ਇਸ ਤਰ੍ਹਾਂ ਦੇ ਰਿਐਕਟ ਕਰਦੇ ਹਾਂ ਜਿਵੇਂ ਹੁਣੇ ਇਹਨਾਂ ਨੇ ਕੁਲਵਿੰਦਰ ਕੌਰ ਨੇ ਕੀਤਾ, ਹੈ ਨਾ, ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਜਿਹਨਾਂ ਜਿਹੜੇ ਜੋਬ ਕਰਦੇ ਆ ਪੰਜਾਬੀ, ਜਾਂ ਜਿਹਨਾਂ ਦੇ ਸਿਰ 'ਤੇ ਪੱਗ ਆ, ਜਿਹਨਾਂ ਦਾੜੀ ਰੱਖੀ ਹੋਈ ਆ, ਉਹ ਕਿਤੇ ਜਾਂਦੇ ਆ ਤਾਂ ਇੱਕਦਮ ਜਿਵੇਂ ਕਈ ਵਾਰੀ ਹੁੰਦਾ ਇੱਕ ਖਾਸ ਧਰਮ ਨੂੰ ਤੁਸੀਂ ਇੱਕ ਆਈਡੈਂਟੀ ਦੇ ਦਿਓ, ਹੈ ਨਾ, ਕਿਸੇ ਤਰ੍ਹਾਂ ਦੀ ਸਾਡੀਆਂ ਦਾੜੀਆਂ ਮੁੱਛਾਂ ਦੇਖ ਕੇ, ਸਾਡੀ ਪਰਸਨੈਲਿਟੀ ਦੇਖ ਕੇ, ਇਹ ਕਿਸਾਨ ਅੰਦੋਲਨ 'ਚ ਵੀ ਸਾਨੂੰ ਕਹਿੰਦੇ ਰਹੇ, ਉਦੋਂ ਕਿਹੜਾ ਅਸੀਂ ਕਿਸੇ ਨੂੰ ਮਾਰਿਆ ਸੀ ਜਾਂ ਕੁੱਟਿਆ ਸੀ ਜਾਂ ਇੱਦਾਂ ਦਾ ਕੋਈ ਸਟੈਪ ਚੁੱਕਿਆ ਸੀ? ਇਹ ਸੋਸ਼ਲ ਮੀਡੀਆ ਜਾਂ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ, ਸਾਨੂੰ ਸ਼ੁਰੂ ਤੋਂ ਹੀ ਖਾਲਿਸਤਾਨੀ ਜਾਂ ਆਤੰਕਵਾਦੀ ਕਹਿੰਦੇ ਆਏ ਨੇ, ਅਤੇ ਉਹ ਚੀਜ਼ਾਂ ਸਾਡੇ 'ਤੇ ਸ਼ੁਰੂ ਤੋਂ ਹੋ ਰਹੀਆਂ ਨੇ, ਉਹ ਸਾਡਾ ਛਵੀ ਖਰਾਬ ਕਰਨੀ, ਐਸਾ ਹੀ ਮਾਰੀਏ ਕਿਸੇ ਨੂੰ ਭਾਵੇਂ ਅਸੀਂ ਸ਼ਾਂਤ ਬੈਠੀਏ, ਇਹ ਤਾਂ ਵੀ ਸਾਨੂੰ ਇਹਨਾਂ ਨੇ ਇੱਦਾਂ ਦਾ ਪੇਸ਼ ਕਰਨਾ ਲੋਕਾਂ ਅੱਗੇ ਵੀ ਖਾਲਿਸਤਾਨੀ ਆਤੰਕਵਾਦੀ ਨੇ। ਭਾਅ ਜੀ ਉਦਾਂ ਕਿੱਕਲੀ ਦਾ ਬਹੁਤ ਟ੍ਰੈਂਡ ਚੱਲ ਰਿਹਾ ਸੀ ਪਿੱਛੇ ਜੇ, ਅਤੇ ਉਹਦੇ ਵਿੱਚ ਮੈਂ ਵੀ ਕਿੱਕਲੀ ਫਿਰ ਸਰਬਜੀਤ ਭਾਈ ਜੀ 'ਤੇ ਗਾਈ ਸੀ, ਕਹਿੰਦਾ ਹੋ ਕਿੱਕਲੀ ਕਲੀਰ ਦੀ ਗੱਲ ਆ ਜਮੀਰ ਦੀ, ਕਰਨੀ ਸਪੋਰਟ ਆ ਸਰਬਜੀਤ ਵੀਰ ਦੀ, ਕਿੱਕਲੀ ਕਲੀਰ ਦੀ ਗੱਲ ਆ ਜਮੀਰ ਦੀ, ਕਰਨੀ ਸਪੋਰਟ ਆ ਸਰਬਜੀਤ ਵੀਰ ਦੀ, ਨਾ ਕਲਾਕਾਰ ਦਿਸਦੇ ਲੱਗਦਾ ਏ ਵਿਕ ਗਏ, ਨਾ ਕਲਾਕਾਰ ਦਿਸਦੇ ਲੱਗਦਾ ਏ ਵਿਕ ਗਏ, ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ ਚੀਰਦੀ, ਕਿੱਕਲੀ ਕਲੀਰ ਦੀ ਗੱਲ ਆ ਜਮੀਰ ਦੀ, ਕਰਨੀ ਸਪੋਰਟ ਆ ਸਰਬਜੀਤ ਵੀਰ ਦੀ।